ਐਂਬੂਲੈਂਸ ਆ ਗਈ ਆ ਭਾਜੀ, ਦੋ ਬੰਦੇ ਜਿਹੜੇ ਪਹਿਲਾਂ ਲਾਈ ਲਾਉਣੇ ਭਾਜੀ, ਅੱਜ ਕੱਲ੍ਹ ਰੋਡ ਸਲੀਪ ਹੈ ਭਾਜੀ, ਫੋਟੋ ਖਿੱਚ ਲਏ ਇਹਨਾਂ ਦੀ, ਮੈਂ ਫੇਸਬੁੱਕ ਤੇ ਲਾਈਵ ਹੋ ਗਿਆ ਬਹੁਤ ਭਰੇ ਆ। ਹਾਂ ਮੈਂ ਕੱਲ੍ਹ, ਹਾਂ ਭਾਜੀ ਮੈਂ ਦਲਵਿੰਦਰ ਦਿਆਲਪੁਰੀ, ਇੱਕ ਐਕਸੀਡੈਂਟ ਹੋਇਆ ਜੀ 5 ਬੰਦਿਆਂ ਦਾ, 2 ਮੋਟਰਸਾਈਕਲ ਆਪਸ ਵਿੱਚ ਬਹੁਤ ਜ਼ੋਰ ਦੀ ਲੱਗੇ ਆ। ਸੁਲਤਾਨਪੁਰ ਲੋਧੀ ਦੇ ਤਾਜਪੁਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ 2 ਮੋਟਰਸਾਈਕਲਾਂ ਦੀ ਆਮੋ ਸਾਹਮਣੇ ਜ਼ਬਰਦਸਤ ਟੱਕਰ ਹੋਈ ਹੈ ਤੇ ਇਸ ਵਿਚਾਲੇ 3 ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਕੁੱਲ 5 ਲੋਕ ਸਨ ਜੋ 2 ਬਾਈਕਾਂ ਤੇ ਸਵਾਰ ਸਨ, ਤਾਂ ਆਮਣੇ ਸਾਹਮਣੇ ਹੀ ਬੜੇ ਜ਼ੋਰ ਦੇ ਨਾਲ ਟੱਕਰ ਹੁੰਦੀ ਹੈ, ਇੰਨੀ ਭਿਆਨਕ ਟੱਕਰ ਹੁੰਦੀ ਹੈ ਕਿ ਦੋਨੋਂ ਮੋਟਰਸਾਈਕਲ ਨੁਕਸਾਨੇ ਗਏ ਨੇ, ਚਕਨਾ ਚੂਰ ਹੋ ਗਏ ਨੇ ਤੇ ਜਿਹੜੇ ਮੁੰਡੇ ਇਹਨਾਂ ਮੋਟਰਸਾਈਕਲਾਂ ਦੇ ਉੱਤੇ ਸਵਾਰ ਸੀ 5 ਸੀ ਤੇ 5 ਹੀ ਜ਼ਖਮੀ ਹੋ ਗਏ, ਜਿਨ੍ਹਾਂ ਦੇ ਵਿੱਚੋਂ 3 ਦੀ ਮੌਤ ਹੋ ਗਈ ਹੈ, 2 ਹਾਲੇ ਵੀ ਜ਼ੇਰੇ ਇਲਾਜ ਨੇ ਤੇ ਉਹਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਸੁਲਤਾਨਪੁਰ ਲੋਧੀ ਦੇ ਤਾਜਪੁਰ ਚੌਂਕ ਦੇ ਵਿੱਚ ਜਦੋਂ ਪੰਜਾਬੀ ਲੋਕ ਗਾਇਕ ਦਵਿੰਦਰ ਦਿਆਲਪੁਰੀ ਇੱਥੋਂ ਨਿਕਲ ਰਹੇ ਸਨ, ਤਾਂ ਉਹਨਾਂ ਦੇ ਅੱਖਾਂ ਦੇ ਸਾਹਮਣੇ ਹੀ ਇਹ ਹਾਦਸਾ ਵਾਪਰਿਆ ਹੈ ਤੇ ਫਿਰ ਗਾਇਕ ਦੇ ਵੱਲੋਂ ਮੌਕੇ ਤੇ ਹੀ ਲਾਈਵ ਹੋ ਕੇ ਸਾਰਾ ਮੰਜ਼ਰ ਦਿਖਾਇਆ ਗਿਆ ਕਿ ਕਿਵੇਂ ਨੌਜਵਾਨ ਸੜਕ ਦੇ ਉੱਤੇ ਖੂਨ ਨਾਲ ਲੱਥ-ਪੱਥ ਪਏ ਹੋਏ ਸਨ ਤੇ ਲੋਕਾਂ ਦੇ ਵੱਲੋਂ ਮਦਦ ਕੀਤੀ ਗਈ, ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ, ਪੁਲਿਸ ਵੀ ਮੌਕੇ ਤੇ ਪਹੁੰਚੀ ਹੈ, ਮੋਟਰਸਾਈਕਲ ਕਬਜ਼ੇ 'ਚ ਲਏ ਗਏ ਨੇ ਤੇ ਜੋ ਮ੍ਰਿਤਕ ਨੇ ਮੁੰਡੇ ਉਹਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ, ਜਦਕਿ 2 ਮੁੰਡੇ ਹੋਰ ਗੰਭੀਰ ਰੂਪ ਨਾਲ ਜ਼ਖਮੀ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ, ਉਹਨਾਂ ਨੂੰ ਵੀ ਕਿਸੇ ਹੋਰ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜੋ 2 ਨੌਜਵਾਨ ਜ਼ਖਮੀ ਨੇ ਜਦਕਿ 3 ਦੀ ਜਾਨ ਜਾ ਚੁੱਕੀ ਹੈ। ਹਾਦਸਾ ਤੇਜ਼ ਰਫ਼ਤਾਰੀ ਦੇ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਮੋਟਰਸਾਈਕਲ ਦੀ ਰਫ਼ਤਾਰ ਇਸ ਕਦਰ ਤੇਜ਼ ਸੀ ਕਿ ਜਦੋਂ ਆਮੋ ਸਾਹਮਣੇ ਟੱਕਰ ਹੋਈ ਤਾਂ ਇਹ ਕਈ ਫੁੱਟ ਹਵਾ 'ਚ ਉੱਛਲ ਕੇ ਨੌਜਵਾਨ ਹੇਠਾਂ ਸੜਕ 'ਤੇ ਡਿੱਗ ਗਏ ਅਤੇ 3 ਨੌਜਵਾਨਾਂ ਦੀ ਇੱਥੇ ਜਾਨ ਚਲੀ ਗਈ ਹੈ। 2 ਗੰਭੀਰ ਰੂਪ ਨਾਲ ਜ਼ਖਮੀ ਹੈ ਜੋ ਹਸਪਤਾਲ 'ਚ ਜ਼ੇਰੇ ਇਲਾਜ ਹੈ ਅਤੇ ਉਹਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਇਹਨਾਂ ਦੀ ਪਛਾਣ ਕਰਨ ਦੇ ਵਿੱਚ ਜੁਟੀ ਹੋਈ ਹੈ ਤਾਂ ਜੋ ਪਰਿਵਾਰਾਂ ਤੱਕ ਇੱਕ ਖਬਰ ਪਹੁੰਚਾਈ ਜਾ ਸਕੇ। ਇਹ ਜੀ ਮੈਂ ਚੌਂਕੀ ਇੰਚਾਰਜ ਡੱਲਾ ਜੀ, ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਤਾਜਪੁਰ ਤੋਂ ਜਿਹੜਾ ਡਡਵਿੰਡੀ ਨੂੰ ਰਾਹ ਜਾਂਦਾ ਉਹਦੇ 'ਤੇ ਐਕਸੀਡੈਂਟ ਹੋਇਆ, ਅਸੀਂ ਮੌਕੇ 'ਤੇ ਗਏ ਹਾਂ। ਮੌਕੇ 'ਤੇ ਜਾ ਕੇ ਦੇਖਿਆ ਤਾਂ ਇੱਕ ਹੀਰੋ ਹੋਂਡਾ ਮੋਟਰਸਾਈਕਲ ਹੈ ਅਤੇ ਇੱਕ ਪਲਸਰ ਮੋਟਰਸਾਈਕਲ ਹੈ, ਇਹਨਾਂ 'ਤੇ 5 ਨੌਜਵਾਨ ਸੀਗੇ ਦੋਨਾਂ ਮੋਟਰਸਾਈਕਲਾਂ 'ਤੇ, ਇਹ ਕਿਤੇ ਤੇਜ਼ ਰਫ਼ਤਾਰ ਜਾ ਰਹੇ ਸੀ, ਆਪਸ 'ਚ ਭਿੜ ਗਏ ਜੀ। ਉਹਦੇ 'ਚ ਹਾਲ ਦੀ ਘੜੀ 2 ਕੈਜੂਅਲਟੀ ਹੋ ਗਈ ਹੈ ਜੀ, ਦੋਵਾਂ ਦੀ ਡੈਥ ਹੋ ਗਈ ਆ ਅਤੇ 3 ਰੈਫਰ ਕੀਤੇ ਨੇ ਕਪੂਰਥਲੇ ਨੂੰ ਜੀ। ਉਸ ਤੋਂ ਬਾਅਦ ਜਾ ਰਹੇ ਹੋਣੇ ਸੀ ਕਪੂਰਥਲੇ, ਜਿੱਦਾਂ ਦਾ ਵੀ ਹਾਲਾਤ ਹੋਣਗੇ ਜੋ ਬਿਆਨ ਹੋਏਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। ਇਹਨਾਂ ਦੇ ਫੈਮਿਲੀ ਮੈਂਬਰ ਆ ਗਿਆ ਜੀ, ਇਹ ਮੈਮੂ ਵਾਲ ਤੋਂ ਸੀਗੇ ਇੱਕ ਮੋਟਰਸਾਈਕਲ ਸਵਾਰ ਤੇ ਦੂਜੇ ਸੀਗੇ ਵਾੜਾ ਬੁੱਧ ਸਿੰਘ ਤੋਂ ਜੀ। ਹਾਂਜੀ ਸਰ, ਨਹੀਂ ਹਾਲ ਦੀ ਘੜੀ ਸਾਡੇ ਕੋਲ 2 ਦੀ ਜਾਣਕਾਰੀ ਆ, ਤੀਸਰੇ ਬਾਰੇ ਹਜੇ ਪਿੰਮਸ ਦੇ ਲੈ ਕੇ ਗਏ ਆ, ਅਸੀਂ ਉੱਥੇ ਗੱਲ ਕਰਕੇ ਦੇਖਦੇ ਹਾਂ ਕੀ ਬਣਿਆ। ਇੱਕ ਪਿੰਮਸ ਦੇ ਵਿੱਚ ਗਿਆ ਜੀ ਤੇ 2 ਕਪੂਰਥਲੇ ਆ ਜੀ, ਟੋਟਲ 5 ਜਾਣੇ ਆ ਜੀ 2 ਮੋਟਰਸਾਈਕਲਾਂ ਤੇ, 2 ਉਹਨਾਂ ਦੇ ਵੀ ਕਾਫੀ ਸੱਟ ਆ ਜੀ ਜਿਹੜੇ ਕਪੂਰਥਲੇ ਰੈਫਰ ਕੀਤੇ ਆ, ਪਿੰਮਸ ਕੀਤੇ ਆ ਜੀ। ਹਾਂਜੀ ਸਰ, ਭਾਜੀ ਉਹ ਰੱਖੋ ਐਂਬੂਲੈਂਸ ਆ ਗਈ ਆ ਭਾਜੀ, 2 ਬੰਦੇ ਜਿਹੜੇ ਪਹਿਲਾਂ ਲਾਈ ਲਾਉਣੇ ਭਾਜੀ, ਅੱਜ ਕੱਲ੍ਹ ਰੋਡ ਸਲੀਪ ਹੈ ਭਾਜੀ, ਫੋਟੋਆਂ ਖਿੱਚ ਲਏ ਇਹਨਾਂ ਦੀ, ਮੈਂ ਫੇਸਬੁੱਕ ਤੇ ਲਾਈਵ ਹੋ ਗਿਆ ਬਹੁਤ ਭਰੇ ਆ। ਹਾਂ ਮੈਂ ਕੱਲ੍ਹ, ਹਾਂ ਭਾਜੀ ਮੈਂ ਦਲਵਿੰਦਰ ਦਿਆਲਪੁਰੀ,
ਇੱਕ ਐਕਸੀਡੈਂਟ ਹੋਇਆ ਜੀ, ਪੰਜ ਬੰਦਿਆਂ ਦਾ, ਦੋ ਮੋਟਰਸਾਈਕਲ ਆਪਸ ਵਿੱਚ ਬਹੁਤ ਜ਼ੋਰ ਦੀ ਲੱਗੇ ਆ। ਸੁਲਤਾਨਪੁਰ ਲੋਧੀ ਦੇ ਤਾਜਪੁਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਦੋ ਮੋਟਰਸਾਈਕਲਾਂ ਦੀ ਆਮੋ ਸਾਹਮਣੇ ਜ਼ਬਰਦਸਤ ਟੱਕਰ ਹੋਈ ਹੈ ਤੇ ਇਸ ਵਿਚਾਲੇ ਤਿੰਨ ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਕੁੱਲ ਪੰਜ ਲੋਕ ਸਨ ਜੋ ਦੋ ਬਾਈਕਾਂ ਤੇ ਸਵਾਰ ਸਨ ਤਾਂ ਆਮਣੇ ਸਾਹਮਣੇ ਹੀ ਬੜੇ ਜ਼ੋਰ ਦੇ ਨਾਲ ਟੱਕਰ ਹੁੰਦੀ ਹੈ। ਇੰਨੀ ਭਿਆਨਕ ਇਹ ਟੱਕਰ ਹੁੰਦੀ ਹੈ ਕਿ ਦੋਨੋ ਮੋਟਰਸਾਈਕਲ ਨੁਕਸਾਨੇ ਗਏ ਨੇ, ਚਕਨਾ ਚੂਰ ਹੋ ਗਏ ਨੇ ਤੇ ਜਿਹੜੇ ਮੁੰਡੇ ਇਹਨਾਂ ਮੋਟਰਸਾਈਕਲਾਂ ਦੇ ਉੱਤੇ ਸਵਾਰ ਸੀ, ਪੰਜ ਸੀ ਤੇ ਪੰਜੇ ਹੀ ਜ਼ਖਮੀ ਹੋ ਗਏ, ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ, ਦੋ ਹਾਲੇ ਵੀ ਜ਼ੇਰੇ ਇਲਾਜ ਨੇ ਤੇ ਉਹਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਸੁਲਤਾਨਪੁਰ ਲੋਧੀ ਦੇ ਤਾਜਪੁਰ ਚੌਂਕ ਦੇ ਵਿੱਚ ਜਦੋਂ ਪੰਜਾਬੀ ਲੋਕ ਗਾਇਕ ਦਵਿੰਦਰ ਦਿਆਲਪੁਰੀ ਇੱਥੋਂ ਨਿਕਲ ਰਹੇ ਸਨ ਤਾਂ ਉਹਨਾਂ ਦੇ ਅੱਖਾਂ ਦੇ ਸਾਹਮਣੇ ਹੀ ਇਹ ਹਾਦਸਾ ਵਾਪਰਿਆ ਹੈ ਤੇ ਫਿਰ ਗਾਇਕ ਦੇ ਵੱਲੋਂ ਮੌਕੇ ਤੇ ਹੀ ਲਾਈਵ ਹੋ ਕੇ ਸਾਰਾ ਮੰਜ਼ਰ ਦਿਖਾਇਆ ਗਿਆ ਕਿ ਕਿਵੇਂ ਨੌਜਵਾਨ ਸੜਕ ਦੇ ਉੱਤੇ ਖੂਨ ਨਾਲ ਲੱਥ-ਪੱਥ ਪਏ ਹੋਏ ਸਨ ਤੇ ਲੋਕਾਂ ਦੇ ਵੱਲੋਂ ਮਦਦ ਕੀਤੀ ਗਈ, ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ, ਪੁਲਿਸ ਵੀ ਮੌਕੇ ਤੇ ਪਹੁੰਚੀ ਹੈ, ਮੋਟਰਸਾਈਕਲ ਕਬਜ਼ੇ 'ਚ ਲਏ ਗਏ ਨੇ ਤੇ ਜੋ ਮ੍ਰਿਤਕ ਨੇ ਮੁੰਡੇ ਉਹਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ, ਜਦਕਿ ਦੋ ਮੁੰਡੇ ਹੋਰ ਗੰਭੀਰ ਰੂਪ ਨਾਲ ਜ਼ਖਮੀ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ, ਉਹਨਾਂ ਨੂੰ ਵੀ ਕਿਸੇ ਹੋਰ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜੋ ਦੋ ਨੌਜਵਾਨ ਜ਼ਖਮੀ ਨੇ ਜਦਕਿ ਤਿੰਨ ਦੀ ਜਾਨ ਜਾ ਚੁੱਕੀ ਹੈ। ਹਾਦਸਾ ਤੇਜ਼ ਰਫ਼ਤਾਰੀ ਦੇ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਮੋਟਰਸਾਈਕਲ ਦੀ ਰਫ਼ਤਾਰ ਇਸ ਕਦਰ ਤੇਜ਼ ਸੀ ਕਿ ਜਦੋਂ ਆਮੋ ਸਾਹਮਣੇ ਟੱਕਰ ਹੋਈ ਤਾਂ ਇਹ ਕਈ ਫੁੱਟ ਹਵਾ 'ਚ ਉੱਛਲ ਕੇ ਨੌਜਵਾਨ ਹੇਠਾਂ ਸੜਕ 'ਤੇ ਡਿੱਗ ਗਏ ਅਤੇ ਤਿੰਨ ਨੌਜਵਾਨਾਂ ਦੀ ਇੱਥੇ ਜਾਨ ਚਲੀ ਗਈ ਹੈ। ਦੋ ਗੰਭੀਰ ਰੂਪ ਨਾਲ ਜ਼ਖਮੀ ਹੈ ਜੋ ਹਸਪਤਾਲ 'ਚ ਜ਼ੇਰੇ ਇਲਾਜ ਹੈ ਅਤੇ ਉਹਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਇਹਨਾਂ ਦੀ ਪਛਾਣ ਕਰਨ ਦੇ ਵਿੱਚ ਜੁਟੀ ਹੋਈ ਹੈ ਤਾਂ ਜੋ ਪਰਿਵਾਰਾਂ ਤੱਕ ਇਹ ਖਬਰ ਪਹੁੰਚਾਈ ਜਾ ਸਕੇ। ਇਹ ਜੀ ਮੈਂ ਚੌਂਕੀ ਇੰਚਾਰਜ ਡੱਲਾ ਹਾਂ ਜੀ, ਅਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਤਾਜਪੁਰ ਤੋਂ ਜਿਹੜਾ ਡਡਵਿੰਡੀ ਨੂੰ ਰਾਹ ਜਾਂਦਾ ਉਹਦੇ 'ਤੇ ਐਕਸੀਡੈਂਟ ਹੋਇਆ, ਅਤੇ ਅਸੀਂ ਮੌਕੇ 'ਤੇ ਗਏ ਹਾਂ। ਮੌਕੇ 'ਤੇ ਜਾ ਕੇ ਦੇਖਿਆ ਤਾਂ ਇੱਕ ਹੀਰੋ ਹੋਂਡਾ ਮੋਟਰਸਾਈਕਲ ਹੈ ਅਤੇ ਇੱਕ ਪਲਸਰ ਮੋਟਰਸਾਈਕਲ ਹੈ। ਇਹਨਾਂ 'ਤੇ ਪੰਜ ਨੌਜਵਾਨ ਸੀਗੇ ਦੋਨਾਂ ਮੋਟਰਸਾਈਕਲਾਂ 'ਤੇ, ਇਹ ਕਿਤੇ ਤੇਜ਼ ਰਫ਼ਤਾਰ ਜਾ ਰਹੇ ਸੀ, ਆਪਸ 'ਚ ਭਿੜ ਗਏ ਜੀ। ਉਹਦੇ 'ਚ ਹਾਲ ਦੀ ਘੜੀ ਦੋ ਕੈਜੂਅਲਟੀ ਹੋ ਗਈ ਹੈ ਜੀ, ਦੋਵਾਂ ਦੀ ਡੈਥ ਹੋ ਗਈ ਆ ਅਤੇ ਤਿੰਨ ਰੈਫਰ ਕੀਤੇ ਨੇ ਕਪੂਰਥਲੇ ਨੂੰ ਜੀ। ਉਸ ਤੋਂ ਬਾਅਦ ਜਾ ਰਹੇ ਹੋਣੇ ਸੀ ਕਪੂਰਥਲੇ, ਜਿੱਦਾਂ ਦਾ ਵੀ ਹਾਲਾਤ ਹੋਣਗੇ ਜੋ ਬਿਆਨ ਹੋਏਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। ਇਹਨਾਂ ਦੇ ਫੈਮਿਲੀ ਮੈਂਬਰ ਆ ਗਏ ਜੀ, ਇਹ ਮੈਮੋਵਾਲ ਤੋਂ ਸੀਗੇ ਇੱਕ ਮੋਟਰਸਾਈਕਲ ਸਵਾਰ ਅਤੇ ਦੂਜੇ ਸੀਗੇ ਬਾੜਾ ਬੁੱਧ ਸਿੰਘ ਤੋਂ ਜੀ। ਹਾਂਜੀ ਸਰ, ਨਹੀਂ ਹਾਲ ਦੀ ਘੜੀ ਸਾਡੇ ਕੋਲ ਦੋ ਦੀ ਜਾਣਕਾਰੀ ਆ, ਤੀਸਰੇ ਬਾਰੇ ਹਜੇ ਪਿੰਮਸ ਦੇ ਲੈ ਕੇ ਗਏ ਆ, ਅਸੀਂ ਉੱਥੇ ਗੱਲ ਕਰਕੇ ਦੇਖਦੇ ਹਾਂ ਕੀ ਬਣਿਆ। ਇੱਕ ਪਿੰਮਸ ਦੇ ਵਿੱਚ ਗਿਆ ਜੀ ਅਤੇ ਦੋ ਕਪੂਰਥਲੇ ਆ ਜੀ, ਟੋਟਲ ਪੰਜ ਜਾਣੇ ਆ ਜੀ ਦੋ ਮੋਟਰਸਾਈਕਲਾਂ 'ਤੇ। ਦੋ ਉਹਨਾਂ ਦੇ ਵੀ ਕਾਫੀ ਸੱਟ ਆ ਜੀ, ਜਿਹੜੇ ਕਪੂਰਥਲੇ ਰੈਫਰ ਕੀਤੇ ਆ ਪਿੰਮਸ ਕੀਤੇ ਆ ਜੀ। ਹਾਂਜੀ ਸਰ,